ਉਹ ਬਈ ਸਾਡੇ ਕਿੰਨੇ ਪੈਸੇ ਹੋਏ? 100 ਰੁਪਇਆ ਵੀਰੇ। ਕਿੰਨਾ ਖਾਣਾ ਵੇਸਟ ਕਰਦੇ ਆ। ਕਿੰਨੇ ਪੈਸੇ ਹੋਏ ਵੀਰੇ? 100 ਰੁਪਇਆ ਹੋਇਆ ਵੀਰੇ। ਵੀਰ ਜੀ ਆ ਖਾਣਾ ਪੈਕ ਕਰਾ ਦਾ ਤੁਹਾਨੂੰ? ਫਿਰ ਵੀਰੇ ਇਹਨੂੰ ਕੌਣ ਖਾਊਗਾ? ਸਾਰਾ ਖਾਣਾ ਵੇਸਟ ਹੋ ਜਾਏਗਾ। ਉਹ ਤੇਰਾ ਦਿਮਾਗ ਠੀਕ ਹੈ? ਅਸੀਂ ਜਿੰਨਾ ਖਾਣਾ ਸੀ ਖਾ ਲਿਆ, ਤੂੰ ਇਹਨੂੰ ਡਸਟਬਿਨ ਚ ਸੁੱਟ ਦੇ। ਵੀਰੇ ਦੁਨੀਆ ਤੇ ਬਹੁਤ ਲੋਕ ਨੇ ਜਿਨ੍ਹਾਂ ਨੂੰ ਖਾਣਾ ਨਹੀਂ ਨਸੀਬ ਹੁੰਦਾ, ਪਰ ਤੁਸੀਂ ਕਹਿੰਦੇ ਇਹਨੂੰ ਡਸਟਬਿਨ ਸੁੱਟ ਦੇ। ਉਹ ਤੂੰ ਕੁਝ ਜ਼ਿਆਦਾ ਨਹੀਂ ਬੋਲ ਰਿਹਾ, ਤੂੰ ਸਿੱਧੇ ਤਾਂ ਦੱਸ ਕਿੰਨੇ ਪੈਸੇ ਬਣੇ ਤੇਰੇ? 100 ਰੁਪਇਆ ਵੀਰੇ। ਜ਼ਿਆਦਾ ਗਿਆਨ ਨਹੀਂ ਬਣਦਾ। ਉਹ ਯਾਰ ਕਿੱਦਾਂ ਦੇ ਲੋਕ ਆ, ਸਾਰਾ ਖਾਣਾ ਸੁੱਟ ਜਾਂਦੇ। 2 ਪਲੇਟਾਂ ਲਾਈ ਬਾਈ। ਆ ਲੈ ਵੀਰੇ। ਉਹ ਆ ਕੀ, ਅਸੀਂ ਤੈਨੂੰ 2 ਪਲੇਟਾਂ ਕਿਹਾ ਸੀ। 2 ਪਲੇਟਾਂ ਹੀ ਵੀਰੇ। ਉਹ ਪਰ ਇਹਦੇ ਵਿੱਚ ਤਾਂ ਇੱਕ ਹੀ ਕੁਲਚਾ ਹੈ, 2 ਹੋਣੇ ਚਾਹੀਦੇ ਆ। ਹਾਂਜੀ ਵੀਰੇ, ਡੇਲੀ ਤੁਸੀਂ ਇੱਕ ਹੀ ਖਾਂਦੇ ਹੋ, ਇੱਕ ਸੁੱਟ ਦਿੰਦੇ ਹੋ, ਮੈਂ ਇਸ ਕਰਕੇ ਮੈਂ ਇੱਕ ਹੀ ਲੈ ਕੇ ਆਇਆ। ਅਸੀਂ ਤੈਨੂੰ ਪੈਸੇ ਪੂਰੇ ਦਿੱਤੇ ਆ, ਇੱਕ ਖਾਈਏ 2 ਖਾਈਏ ਸਾਡੀ ਮਰਜ਼ੀ। ਵੀਰੇ ਅੱਜ ਵੀ ਤੁਸੀਂ ਇੱਕ ਹੀ ਖਾਓਗੇ, ਇੱਕ ਸੁੱਟ ਦੋਗੇ, ਨਾਲੇ ਮੈਂ ਇੱਥੇ ਹੀ ਆ, ਜੇ ਤੁਸੀਂ ਹੋਰ ਮੰਗੋਗੇ ਮੈਂ ਹੋਰ ਦੇ ਦਾਂਗਾ। ਬੜੀ ਜ਼ਬਾਨ ਚੱਲਦੀ ਆ ਤੇਰੀ, ਨਾਲੇ ਤੈਨੂੰ ਪਤਾ ਅਸੀਂ ਇੱਥੇ ਡੇਲੀ ਖਾਣ ਆਉਣੇ ਆ, ਨਾਲੇ ਸਾਡੀ ਫੈਕਟਰੀ ਦੇ ਸਾਰੇ ਵਰਕਰ ਇੱਥੇ ਆਉਂਦੇ ਆ, 1 ਮਿੰਟ ਲੱਗਣਾ ਤੇਰੀ ਰੇੜੀ ਚਕਾਣ ਨੂੰ। ਸਰ ਜੇ ਇੱਥੇ ਤੁਸੀਂ ਨਹੀਂ ਆਉਣਾ ਤੇ ਨਾ ਆਓ, ਨਾਲੇ ਦੂਜੇ ਨੂੰ ਵੀ ਕਹਿ ਦੇਣਾ। ਮੈਨੂੰ ਇਹੋ ਜਿਹਾ ਗਾਹਕ ਨਹੀਂ ਚਾਹੀਦੇ ਜਿਹੜੇ ਮਿਹਨਤ ਨਾਲ ਉਗਾਏ ਅੰਨ ਦੀ ਬੇਅਦਬੀ ਕਰਦੇ ਨੇ। ਤੂੰ ਜਿਹੜੇ ਖਾਣੇ ਨੂੰ ਡਸਟਬਿਨ ਤੇ ਸੁੱਟ ਦੇ। ਇੱਧਰ ਆਓ, ਤੁਹਾਨੂੰ ਮੈਂ ਦਿਖਾਣਾ। ਆਹ ਦੇਖੋ, ਜਿਨ੍ਹਾਂ ਨੂੰ ਖਾਣ ਨੂੰ ਨਸੀਬ ਨਹੀਂ ਹੁੰਦਾ ਉਹ ਡਸਟਬਿਨ ਚ ਵੀ ਖੜ ਕੇ ਖਾ ਰਹੇ ਨੇ। ਰੱਬ ਨੇ ਤੁਹਾਨੂੰ ਖਾਣਾ ਦਿੱਤਾ, ਫਿਰ ਵੀ ਤੁਸੀਂ ਉਹਨੂੰ ਸੱਟ ਰਹੇ। ਯਾਰ ਗਲਤੀ ਸਹੀ ਕਹਿ ਰਹੇ ਹੋ, ਆਪਾਂ ਨੂੰ ਖਾਣੇ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ। ਖਾਣਾ ਕਿੰਨੀ ਮੁਸ਼ਕਲ ਨਾਲ ਬਣਦਾ,